ਭਾਈ ਜਾਨ ਉਹ ਗੱਲਾਂ ਨੇ ਜਿਹੜੀਆਂ ਕਿ 100-100 ਸਾਲ ਜਿਨ੍ਹਾਂ ਦਾ ਤਜਰਬਾ ਹੁੰਦਾ 50-50, 70-70 ਸਾਲ, ਇਹ ਗੱਲਾਂ ਉਹਨਾਂ ਕੋਲ ਵੀ ਨਹੀਂ ਮਿਲਦੀਆਂ। ਇਹ ਤੁਹਾਨੂੰ ਉਹ ਗੱਲਾਂ ਭਾਈ ਜਾਨ ਦੱਸਦੇ ਨੇ ਪਏ ਕਿ ਅਗਰ ਤੁਸੀਂ 1, 2, 10, 20, 50, 100 ਜਿੰਨੀਆਂ ਵੀ ਬੱਕਰੀਆਂ ਰੱਖੀਆਂ, ਹਰ ਕਿਸਮ ਦੀ ਮਾਲੂਮਾਤ ਤੁਹਾਨੂੰ ਮਿਲ ਸਕਦੀ ਹੈ। ਹਾਂਜੀ। ਅੱਛਾ ਭਾਈ ਜਾਨ, ਜਿਹੜੀ ਬੱਕਰੀ ਜੇਰ ਨਹੀਂ ਸੁੱਟਦੀ, ਜੇਰ ਉਹਦੇ ਲਈ ਕੀ ਹੱਲ ਹੈ? ਉਹਦੇ ਲਈ ਡਿਸਪਰੀਨ ਦੀਆਂ ਗੋਲੀਆਂ 5 ਲੈਣੀਆਂ, ਉਹ ਭਾਵੇਂ ਪਾਣੀ 'ਚ ਦੇ ਦਿਓ। रहमान रहीम दोस्तों को बहुत ही पुरजोश होकर वेलकम करते हैं। दोस्तों, ये आप सबका अपना ही चैनल है, यहाँ आपको फार्मिंग की हर किस्म की वीडियोस मिलती हैं। आज आपको जो हमारे पीछे आपको 100 से 150 बकरी भाईजान जवेद साहब की देखने को नज़र आ रही है, ये वो बकरियाँ हैं जो घर चारा नहीं खा के बड़ी हुई, ये सिर्फ चराने से बड़ी की हुई हैं। इन्होंने इनसे पूछते हैं कि ये कैसे सेल करते हैं, कैसे इनको बीमारियों से बचाते हैं। इस वीडियो का ज़्यादातर जो इन्हिसार है वो इस बात पर है कि आप दोस्तों को ये बताया जाए कि बकरियों को बीमारियों से कैसे बचाया जा सकता है। अस्सलाम वालेकुम भाई। वालेकुम सलाम जी। अच्छा भाई जान, बकरियां किनिया रखियां ने? बकरियां 150 ए बकरियां दी बीमारियां किनिया ने तकरीबन तुहाडे हिसाब नाल? बीमारियां ए गिल्लड़ भी हो जांदा जी, ते अंदर बुखार भी हो जांदा बकरियां दे जी, लूई पाट जांदी है, वजूद उहनां दा कम नहीं करदा। ਉਹ ਫਿਰ ਇਹਨਾਂ ਨੂੰ ਟੀਕੇ ਲਾਈ ਦੇ ਨੇ, ਪੈਰਾਮੈਕਸੀਨ ਲਾ ਦਿਓ, 5 ਗ੍ਰਾਮ ਦਾ ਲਾ ਦਿਓ ਜੀ, ਥਣ ਖਰਾਬ ਹੋ ਜਾਂਦੇ ਨੇ ਬੱਕਰੀਆਂ ਦੇ। ਉਹ ਨਹੀਂ ਕਿਸੇ ਨੂੰ ਪਤਾ, ਉਹ ਕਾਲੀ ਮਿਰਚ ਕਾਲੀ ਜੀਰੀ ਦਾ ਹੀ, ਉਹ ਦੇਸੀ ਘਿਓ ਲੈਣਾ, 3 ਚਮਚੀਆਂ ਲੈਣੀਆਂ ਦੇਸੀ ਘਿਓ ਦੀਆਂ, 1/2 ਕਿਲੋ ਦੁੱਧ ਲੈਣਾ, ਉਹਦੇ ਵਿੱਚ ਮਿਲਾ ਕੇ ਪਹਿਲਾਂ ਦੁੱਧ ਦਾ ਬਾਲਾ ਦਵਾਉਣਾ, ਬਾਲਾ ਦਵਾ ਕੇ ਥੱਲੇ ਲਾ ਕੇ 1 ਚਮਚੀ ਪਾਣੀ ਹੈ ਕਾਲੀ ਮਿਰਚ ਦੀ, 1 ਕਾਲੀ ਜੀਰੀ ਦੀ, ਫਿਰ 2 ਚਮਚੀਆਂ ਦੇਸੀ ਘਿਓ ਦੀਆਂ ਦੁੱਧ ਦੇ ਵਿੱਚ, ਉਹ ਫਿਰ 3-4 ਦਿਨ ਕਾੜਾ ਦੇਣਾ, ਜਿਹਦਾ ਥਣ ਸੁੱਜਿਆ ਹੋਏ ਜਾਂ ਵਿੱਚੋਂ ਪਾਣੀ ਆਏ ਰੇਸ਼ਾ ਆਏ ਉਹਨੂੰ ਦੇਣਾ, ਬਿਲਕੁਲ ਜਿਹੜੇ ਆਉਂਦੇ ਨੇ ਚੰਦਰੀ ਹੈ ਉਹ ਖਤਮ ਹੋ ਜਾਂਦੀ। ਭਾਈ ਜਾਨ, ਉਹ ਗੱਲਾਂ ਨੇ ਜਿਹੜੀਆਂ ਕਿ 100-100 ਸਾਲ ਜਿਨ੍ਹਾਂ ਦਾ ਤਜਰਬਾ ਹੁੰਦਾ 50-50, 70-70 ਸਾਲ, ਇਹ ਗੱਲਾਂ ਉਹਨਾਂ ਕੋਲ ਵੀ ਨਹੀਂ ਮਿਲਦੀਆਂ। ਇਹ ਤੁਹਾਨੂੰ ਉਹ ਗੱਲਾਂ ਭਾਈ ਜਾਨ ਦੱਸਦੇ ਨੇ ਪਏ ਕਿ ਅਗਰ ਤੁਸੀਂ 1, 2, 10, 20, 50, 100 ਜਿੰਨੀਆਂ ਵੀ ਬੱਕਰੀਆਂ ਰੱਖੀਆਂ, ਹਰ ਕਿਸਮ ਦੀ ਮਾਲੂਮਾਤ ਤੁਹਾਨੂੰ ਮਿਲ ਸਕਦੀ ਹੈ। ਹਾਂਜੀ। ਅੱਛਾ ਭਾਈ ਜਾਨ, ਜਿਹੜੀ ਬੱਕਰੀ ਜੇਰ ਨਹੀਂ ਸੁੱਟਦੀ, ਜੇਰ ਉਹਦੇ ਲਈ ਕੀ ਹੱਲ ਹੈ? ਉਹਦੇ ਲਈ ਡਿਸਪਰੀਨ ਦੀਆਂ ਗੋਲੀਆਂ 5 ਲੈਣੀਆਂ, ਉਹ ਭਾਵੇਂ ਪਾਣੀ 'ਚ ਦੇ ਦਿਓ ਅਤੇ ਭਾਵੇਂ ਐਂਜੀ ਮੂੰਹ 'ਚ ਸੁੱਟ ਕੇ ਪਿੱਛੋਂ ਪਾਣੀ ਰੋੜ ਦਿਓ, ਉਹ ਜੋੜ ਐਟੋਮੈਟੋ ਤੁਰ ਪਾਉਂਦੀ ਹੈ, ਨਹੀਂ ਤੁਰਦੀ ਅਤੇ ਨਾਲ ਉਹਨੂੰ ਗਲਕੰਦ ਅਤੇ ਨਾਲ ਦੁੱਧ ਉਹ ਦੇ ਦਿਓ, ਉਹ ਵੀ ਤੋੜਾ ਤੋੜ ਦਿੰਦੀ। ਠੀਕ ਹੋ ਗਿਆ। ਹਾਂਜੀ। ਅੱਛਾ, ਜਿਹੜੀ ਬੱਕਰੀ ਯਾਨੀ ਕਿ ਫੰਡਰ ਹੀ ਰਵੇ, ਹਾਂਜੀ, ਤਿਆਰ ਹੋਣ ਤੇ ਨਾ ਆਏ, ਹਾਂਜੀ, ਉਹਦਾ ਕੀ ਹੱਲ ਕਰਨਾ ਚਾਹੀਦਾ? ਉਹਦਾ ਲੇਵੇ ਉਹਦੇ ਕੋਲ ਬੱਕਰੀਆਂ ਵਾਲਾ ਕੋਈ ਹੋਏ ਤੇ ਬੱਕਰੀਆਂ ਦੇ ਵਿੱਚ ਛੱਡ ਦਿਓ, ਉਹ ਲੇਲਾ ਵਿੱਚ ਛੇੜਛੜਾਈ ਕਰੇ ਤੇ ਛੇਤੀ ਬੱਕਰੀ ਨੁਸਣ ਠਾ ਚ ਆਏ ਤੇ ਬੱਕਰਾ ਕਰ ਦਿੰਦਾ। ਉਹ ਨਹੀਂ ਕੁੰਦੀ, ਉਹਨੂੰ ਬਈ ਰੋਟੀ ਚਾੜੋ, ਬਈ ਰੋਟੀ ਸ਼ਾਮ ਨੂੰ ਪਕਾ ਕੇ ਸਵੇਰੇ 1 ਚਾੜ ਦਿਓ, ਜਾਂ ਬਦਾਮਾਂ ਦੀਆਂ ਗਿਰੀਆਂ ਕੋਲ 5 ਦੇ ਦਿਓ। ਠੀਕ ਹੈ। ਉਹ ਅੱਲਾ ਮੇਰੇ ਚਾਹੇ ਦਿਨਾਂ 'ਚ ਉਠਾ ਚ ਆ ਜਾਂਦੀ ਹੈ, ਨਹੀਂ ਮੰਨਦੀ ਨਿਲ ਦੈਨ ਦੁਆ ਕਿਰਮਾਲੀ ਵੀ ਦੇ ਦਿਓ, ਉਹ ਇਹਨਾਂ ਵੀ ਛੇਤੀ ਬੋਲ ਜਾਂਦੇ। ਠੀਕ ਹੋ ਗਿਆ। ਉਸੇ ਦਵਾਈ ਦੇ ਨਾਲ? ਉਸੇ ਦਵਾਈ। ਅੱਛਾ, ਜਿਹੜੇ ਡੰਗਰ ਜਿਹੜੇ ਨੇ, ਹਾਂਜੀ, ਯਾਨੀ ਕਿ ਮਾੜੇ ਹੋਈ ਜਾਂਦੇ ਨੇ ਬਹੁਤੇ ਕਿਸੇ ਵਜ੍ਹਾ ਦੇ ਨਾਲ, ਉਹਨਾਂ ਵਾਸਤੇ ਤਗੜਿਆਂ ਕਰਨ ਲਈ ਕੀ ਹੱਲ ਹੈ? ਉਹਨਾਂ ਦਾ ਤਗੜਿਆਂ ਕਰਨ ਲਈ ਮੇਥਰੇ ਲੈਣੇ ਨੇ ਅਤੇ ਕਣਕ, ਉਹ ਮੇਥਰੇ ਅਤੇ ਕਣਕ ਦੋਵੇਂ ਰਲਾ ਕੇ ਪਾਈ ਜਾਣਗੇ। ਸਹੀ ਹੈ। ਉਹਨਾਂ ਦੀ ਜਿਹੜੀ ਬਾਈ ਬਾਧੀ ਜਿਸਮ ਦੇ ਵਿੱਚ ਹੋਈ ਦੀ ਉਹ ਖਤਮ ਕਰਨ ਦੇ। ਠੀਕ ਹੈ। ਉਹਨਾਂ ਦੇ ਜਰਾਸੀਮ ਚੁਗਣ ਦੇ ਨਾਲੇ 15 ਦਿਨੀ ਦਵਾਈ ਜ਼ਰੂਰ ਲਿਲ ਦੈਨ ਦੇਣੀ ਹੈ ਕਿਰਮਾਲੀ, ਜਿਹੜਾ ਇਹਨਾਂ ਦਾ ਮੇਜ਼ਾ ਸਾਫ਼ ਹੋਏ। ਸਹੀ ਹੈ। ਅੱਛਾ, ਇਹਨਾਂ ਜਿਹੜੇ ਬੱਕਰੀਆਂ ਨੂੰ ਜਾਂ ਬੱਕਰਿਆਂ ਨੂੰ ਚਾਰਾ ਖਾਣ ਦੀ ਵਜ੍ਹਾ ਤੋਂ ਹਵਾ ਫੂਕ ਹੋ ਜਾਂਦੀ ਹੈ, ਹਾਂਜੀ, ਉਹਨੂੰ ਕੀ ਕਰਨਾ? ਉਹ ਨਾਸਾਂ ਨੂੰ ਗਰੀਸ ਲੱਗਦੀ ਹੈ, ਤਾਲੂ ਨੂੰ ਗਰੀਸ ਲੱਗਦੀ ਹੈ, ਨਹੀਂ ਮੰਨਦੇ ਉਹਦੇ ਨਾਲ ਹਵਾ ਨਹੀਂ ਲੈਂਦੀ, ਸਰੋਂ ਦਾ ਤੇਲ ਲੈਣਾ, ਸਟਾਕੀ ਲੈ ਲਓ, 1.5 ਸਟਾਕੀ ਲੈ ਲਓ, ਉਹ ਦੁੱਧ ਦੇ ਵਿੱਚ ਪਾ ਕੇ ਹਲਾ ਕੇ ਉਹਦੇ ਮੂੰਹ ਦੇ ਵਿੱਚ ਦੇ ਦਾ। ਉਹ ਕੈਮਰੇ ਵਾਲ ਭਾਈ ਜਾਨ ਕਰਕੇ ਦੱਸੋ। ਅੱਛਾ, ਇਹਦਾ ਇਹ ਹੱਲ ਹੈ? ਹਾਂਜੀ, ਸਰੋਂ ਦਾ ਤੇਲ ਲੈਣਾ, ਦੁੱਧ ਲੈਣਾ, ਸਟਾਕੀ ਸਰੋਂ ਦਾ ਤੇਲ ਹੋਈਏ ਅਤੇ ਵਿੱਚ ਹੋਈਏ ਦੁੱਧ ਕੋਈ 1.5 ਪਾਅ, ਉਹ ਹਿਲਾ ਕੇ ਚੰਗੀ ਤਰ੍ਹਾਂ ਉਹਦੇ ਦਾਣਾ, ਕਿਹੜਾ ਅਥਰੂ ਨਾ ਲੱਗੇ। ਠੀਕ ਹੈ। ਹਾਂਜੀ। ਅੱਛਾ ਭਾਈ ਜਾਨ, ਦੁੱਧ ਜਿਹੜਾ ਬੱਕਰੀ ਦਾ, ਹਾਂਜੀ, ਇਹਦੇ ਫਾਇਦੇ ਕੀ ਦੱਸਣਾ ਚਾਹੁੰਦੇ? ਇਹਦੇ ਇਹ ਜੇ ਜਿਸ ਬੰਦੇ ਨੂੰ ਕੋਈ ਬਿਮਾਰੀ ਲੱਗੀ ਹੋਏ, ਜਾਂ ਤਾਂ ਜਿਗਰ ਖੂਨ ਨਹੀਂ ਬਣਾਉਂਦਾ, ਜਾਂ ਉਹਨੂੰ ਗਰਮੀ ਹੈ, ਜਾਂ ਉਹਦਾ ਮੇਜ਼ਾ ਕੰਮ ਨਹੀਂ ਕਰਦਾ, ਉਹ ਦੁੱਧ ਪੀਏ ਤਾਂ ਉਹਦਾ ਮੇਜ਼ਾ ਬਿਲਕੁਲ ਸਹੀ ਹੋ ਜਾਂਦਾ।
ਕਈਆਂ ਨੂੰ ਕਾਲਾ ਦਕਾਨ ਹੋ ਜਾਂਦਾ, ਕਈਆਂ ਨੂੰ ਪੀਲਾ ਹੋ ਜਾਂਦਾ। ਹਕੀਮ ਦੱਸਦੇ ਨੇ ਬੱਕਰੀ ਦਾ ਦੁੱਧ ਪੀਓ, ਨਾ ਨਬੀ ਦੀ ਸੁਨਤ ਪੂਰੀ ਹੋ ਜਾਂਦੀ ਹੈ ਅਤੇ ਨਾ ਇਹ ਬੱਕਰੀ ਦਾ ਦੁੱਧ ਪੀ ਕੇ ਬੰਦਾ ਤਗੜਾ ਹੋ ਜਾਂਦਾ। ਇਹ ਤੁਹਾਡੇ ਸਾਹਮਣੇ ਜ਼ਿੰਦਾ ਮਿਸਾਲ ਹੈ। ਬੱਕਰੀ ਦਾ ਦੁੱਧ ਪੀਤਾ 40-42 ਸਾਲ ਉਮਰ ਹੈ ਅਤੇ ਅਜੇ ਤੱਕ ਮੈਂ ਕਾਇਮ ਹਾਂ, ਅਜੇ ਭਲਵਾਨੀ ਕਰ ਰਿਹਾ। ਅੱਲਾ ਦਾ ਮੇਰੇ 'ਤੇ ਕਰਮ ਹੈ। ਭਾਈ ਜਾਨ, ਇਹ ਬੱਕਰੀਆਂ ਦੇ ਪਾਲਣ ਦੇ ਨਾਲ ਨਾਲ ਭਲਵਾਨ ਵੀ ਨੇ। ਹਾਂਜੀ, ਇਹਨਾਂ ਦੀ ਭਲਵਾਨੀ ਦਾ ਰਾਜ ਕੀ ਹੈ ਕਿ ਇਹ ਬੱਕਰੀਆਂ ਦਾ ਬੱਕਰੀ ਦਾ ਦੁੱਧ ਪੀਂਦੇ ਆ? ਉਹਦੀ ਵਜ੍ਹਾ ਦੇ ਨਾਲ ਅਜੇ ਤੱਕ ਮੇਰੇ 'ਤੇ ਅੱਲਾ ਦੀ ਰਹਿਮਤ ਹੈ। ਠੀਕ। ਅੱਛਾ, ਹੋਰ ਭਾਈ ਜਾਨ, ਬੱਕਰੀਆਂ ਦੀ ਬਿਮਾਰੀਆਂ ਦੇ ਬਾਰੇ ਕੀ ਸਾਨੂੰ ਦੱਸਣਾ ਚਾਹੋਗੇ? ਬੱਕਰੀਆਂ ਦੀ ਬਿਮਾਰੀ ਇਹ ਹੈ ਜਿਹੜੀ ਮਸਲਨ ਆ ਕਿਹੜੇ ਗੰਦਿਆਂ ਥਾਵਾਂ 'ਤੇ ਚੁਰਵਾਈ ਕਰਦੇ ਨੇ, ਮਸਲਨ ਨਰੂ ਝਾੜਦੇ ਨੇ ਜਾਂ ਕਿਤੇ ਡੱਕ ਕੇ ਲੰਮੇ ਪੈਰਾਂ ਦੇ ਨੇ, ਇਹਨਾਂ ਦੀ ਸੇਵਾ ਨਹੀਂ ਕਰਦੇ, ਉਹ ਵਜ੍ਹਾ ਫਿਰ ਬੱਕਰੀਆਂ ਨੂੰ ਹੋਸ਼ ਨਹੀਂ ਆਉਂਦੀ, ਬੇਟਾਮੀਆਂ ਖੋਲਦੇ ਨੇ। ਬੱਕਰੀ ਸਾਡੇ ਵੱਡੇ ਜਿਹੜੇ 9-10 ਵਜੇ ਬੱਕਰੀ ਵਾੜਿਆਂ ਦੇ ਵਿੱਚੋਂ ਬਾਹਰ ਕੱਢਦੇ ਨੇ, ਹਾਂ ਉਹ ਇਹ ਵਜ੍ਹਾ, ਬੱਕਰੀ ਜਿੰਨੀ ਬਾਹਰ ਫਿਰੇ ਓਨੀ ਇਹ ਤਗੜੀ ਹੁੰਦੀ। ਠੀਕ ਹੈ। ਉਸ ਤੋਂ ਬਾਅਦ ਬੱਕਰੀਆਂ ਲਈ ਵੰਡਾ ਸਭ ਤੋਂ ਚੰਗਾ ਕਿਹੜਾ ਜੀ? ਵੰਡਾ ਸਭ ਤੋਂ ਚੰਗਾ ਇਹ ਹੀ ਹੈ, ਮਕਈ ਲੈਣੀ ਹੈ, ਕਾਲੇ ਚਨੇ ਲੈਣੇ ਨੇ ਅਤੇ ਕਣਕ, ਇਹ ਪੰਜ ਕੇ ਪੰਜ ਕਿਲੋ ਇਹ ਦਲੀਆ ਘਰਾ ਲੈਣਾ, ਇਹ ਸ਼ਾਮ ਨੂੰ ਪਾਉਣਾ, ਸਾਰਾ ਦਿਨ ਦੂਜੇ ਪੱਠੇ ਖਾਣ ਅਤੇ ਸ਼ਾਮ ਨੂੰ ਇਹ ਵੰਡਾ ਖਾਣ। ਠੀਕ ਹੋ ਗਿਆ। ਫਿਰ ਇਹਦੇ ਨਾਲ ਫਿਰ ਬੱਕਰੀ ਫਿਰ ਉਸੜਦੀ ਹੈ, ਤਗੜੀ ਹੁੰਦੀ ਹੈ। ਠੀਕ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਜਿਹੜੇ ਜਾਨ ਹੈ ਬੱਕਰੀ ਦੇ, ਹਾਂਜੀ, ਉਹਨਾਂ ਨੂੰ ਜਲਦੀ ਵੱਡਿਆਂ ਕਰਨ ਲਈ ਜਿਹੜੀ ਅੱਜ ਕੱਲ੍ਹ ਫੀਡ ਚੱਲੀ ਹੈ, ਸੈਲ ਚੱਲਿਆ, ਹਾਂਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਵਧੀਆ, ਵੀ ਫੀਡ ਜਿਹੜੀ ਪਾਉਂਦੇ ਨੇ ਉਹ ਵਜੂਦ ਨੂੰ ਫੋਕਿਆਂ ਕਰਦੀ ਹੈ, ਗੋਸ਼ਤ ਨਹੀਂ ਬਣਾਉਂਦੀ, ਮਤਲਬ ਉਹ ਬੰਦੇ ਨੂੰ ਵੀ ਨੁਕਸਾਨ ਦਿੰਦੀ ਹੈ ਜਦੋਂ ਬੰਦਾ ਉਹਦਾ ਗੋਸ਼ਤ ਖਾਂਦਾ। ਆ ਸਾਡਾ ਕਿਹੜਾ ਮਾਲ ਇਹ ਦੇਸੀ, ਸਮਝ ਲਓ ਦੇਸੀ ਘਿਓ ਹੀ ਬਾਹਰੋਂ ਖਾਂਦਾ, ਸਾਰਾ ਦਿਨ ਆਪਣੀ ਵਰਜਿਸ਼ ਵੀ ਕਰਦਾ ਅਤੇ ਮਾਲ ਝੁਕਦਾ ਵੀ ਹੈ। ਬਿਲਕੁਲ। ਇਹਦਾ ਜਿਹਨੇ ਗੋਸ਼ਤ ਖਾਣਾ ਉਹਨੇ ਸੀਲ ਕੁੱਕੜ ਵਾਂਗਰ ਸਾਹ ਧੋਣਾ ਅਤੇ ਨੰਬਰ 1 ਫਿਰ ਤਗੜਿਆ ਹੋਣਾ, ਉਹਦੇ ਜਿਸਮ 'ਚ ਬਿਮਾਰੀ ਨਹੀਂ ਹੋ ਸਕਦੀ। ਠੀਕ ਹੈ। ਅਤੇ ਜਿਹੜਾ ਕਿਲੇ ਬੱਜਦਾ ਖਾਏਦਾ ਉਹ ਫਾਰਮੀ ਚੂਚੇ ਵਾਂਗਰ ਫੁੱਲਿਆ ਹੋਏਗਾ। ਸਹੀ ਹੋ ਗਿਆ। ਦੋਸਤੋ, ਫਾਇਦੇ ਵੇਖ ਸਕਦੇ ਹੋ। ਹਾਂਜੀ, ਤੁਹਾਨੂੰ ਬੱਕਰੀਆਂ ਦੀ ਜ਼ਰੂਰਤ ਹੈ, ਬਰੀਡਰ ਬੱਕਰੀਆਂ ਦੀ ਜ਼ਰੂਰਤ ਹੈ, ਛੋਟੇ ਬੱਚਿਆਂ ਦੀ ਜ਼ਰੂਰਤ ਹੈ, ਪਿਓਰ ਦੇਸੀ ਨਸਲ ਦੇ ਨੇ, ਨੰਬਰ ਮੌਜੂਦ ਹੈ ਡਿਸਕ੍ਰਿਪਸ਼ਨ 'ਚ ਚੈਨਲ ਦਾ, ਤੁਸੀਂ ਸਾਡੇ ਨਾਲ ਰਾਬਤਾ ਕਰਕੇ ਕਿਸੇ ਵੀ ਕਿਸਮ ਦੀਆਂ ਭਾਈ ਹੋਰਾਂ ਕੋਲ ਦੇਸੀ ਪਿਓਰ ਜਿਹੜਾ ਨਾ ਸਿਆਲਕੋਟੀ ਬੱਕਰੀਆਂ ਲੈ ਸਕਦੇ ਹੋ। ਹਾਂਜੀ, ਬਹੁਤ ਸ਼ੁਕਰੀਆ ਦੋਸਤਾਂ ਦਾ, ਇਸੇ ਘਿੰਦਿਆਵਾਂ ਦੋਸਤਾਂ ਕੋਲ ਜ਼ਿਆਦਾ ਚਾਹਵਾਂਗੇ ਕਿ ਵੀਡੀਓ ਪਸੰਦ ਆਏ ਇਹਨੂੰ ਲਾਈਕ ਕਰੋ, ਔਰ ਅਗਰ ਮਜ਼ੀਦ ਫਾਰਮਿੰਗ ਵੀਡੀਓਜ਼ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਸ਼ੁਕਰੀਆ।